ਮਾਛੀਵਾੜਾ ਦੇ ਨੇੜਲੇ ਪਿੰਡ ਬੋਹਾਪੁਰ ਦੇ ਦੋ ਸਕੇ ਭਰਾਵਾਂ ਦਾ ਫਰਜ਼ੀ ਮੁਕਾਬਲਾ ਕੀਤਾ ਗਿਆ ਸੀ। ਮਾਮਲਾ 27 ਸਤੰਬਰ 2014 ਦਾ ਹੈ। ਜਮਾਲਪੁਰ 'ਚ ਹੋਏ ਫਰਜ਼ੀ ਮੁਕਾਬਲੇ ਦੌਰਾਨ ਜਤਿੰਦਰ ਸਿੰਘ ਉਰਫ ਗੋਲਡੀ ਅਤੇ ਹਰਿੰਦਰ ਸਿੰਘ ਉਰਫ ਲਾਲੀ ਨੂੰ ਮਾਰ ਦਿੱਤਾ ਗਿਆ ਸੀ ਅਤੇ ਹੁਣ ਪੀੜਤ ਪਰਿਵਾਰ ਨੂੰ ਅਦਾਲਤ 'ਚ ਇਨਸਾਫ ਮਿਲਿਆ। ਇਸ ਮਾਮਲੇ 'ਚ ਅਦਾਲਤ ਨੇ ਤਿੰਨ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਪੁਲਿਸ ਮੁਲਾਜ਼ਮ ਯਾਦਵਿੰਦਰ ਸਿੰਘ, ਹੋਮਗਾਰਡ ਅਜੀਤ ਸਿੰਘ, ਸਕੇ ਭਰਾਵਾਂ ਦੇ ਮਾਪਿਆਂ ਦਾ ਕਹਿਣਾ ਹੈ ਕਿ ਲੰਮੇ ਸਮੇਂ ਬਾਅਦ ਉਹਨਾਂ ਨੂੰ ਇਨਸਾਫ ਮਿਲਿਆ। ਉੱਥੇ ਉਹ ਇੱਕ ਦੋਸ਼ੀ ਨੂੰ ਬਰੀ ਕਰਨ 'ਤੇ ਨਿਰਾਸ਼ ਵੀ ਨਜ਼ਰ ਆਏ। ਅੱਜ ਮਾਣਯੋਗ ਅਦਾਲਤ ਵੱਲੋਂ ਫੈਸਲਾ ਆਇਆ ਤੁਹਾਡੇ ਬੱਚਿਆਂ 'ਤੇ ਜਿਹੜਾ ਝੂਠਾ ਮੁਕਾਬਲਾ ਬਣਾ ਕੇ, ਉਸ ਤੋਂ ਬਾਅਦ ਅਦਾਲਤ ਨੇ ਫੈਸਲਾ ਦਿੱਤਾ, ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਦਿੱਤੀ ਗਈ ਆ। ਤੁਸੀਂ ਕੀ ਇਸ ਫੈਸਲੇ ਤੋਂ ਸੰਤੁਸ਼ਟ ਹੋ? ਅਸੀਂ ਜੀ ਜੋ ਅਦਾਲਤ ਦਾ ਫੈਸਲਾ ਸਰਮੱਥੇ ਆ, ਸਾਨੂੰ ਪਰੇਸ਼ਾਨੀ ਇਸ ਗੱਲ ਦੀ ਜ਼ਿਆਦਾ ਕਿ ਜਿਹੜਾ ਇਹਨਾਂ ਨੇ ਬਲਦੇਵ ਸਿੰਘ ਨੂੰ ਬਰੀ ਕੀਤਾ, ਹੋਮਗਾਰਡ ਵਾਲੇ ਨੂੰ, ਉਸਨੇ ਛੋਟੇ ਬੱਚੇ ਦੇ ਸਿਰ 'ਚ ਡੰਡਾ ਮਾਰਿਆ ਸੀ, ਮੌਕੇ 'ਤੇ ਹਾਜ਼ਰ ਸੀ, ਬਰਾਬਰ ਦਾ ਭਾਈਵਾਲ ਇਹਨਾਂ ਦੇ ਨਾਲ ਉਹ ਵੀ, ਅਤੇ ਉਸ ਨੂੰ ਕਿਉਂ ਬਰੀ ਕੀਤਾ ਇਸ ਤੋਂ ਅਸੀਂ ਬਸ ਪੁੱਛਦਾ। ਬਾਕੀ ਜੋ ਅਦਾਲਤ ਨੇ ਫੈਸਲਾ ਕੀਤਾ ਠੀਕ ਹੈ, ਉਸ ਬਾਰੇ ਅਸੀਂ ਅੱਗੇ ਅਪੀਲ ਵੀ ਕਰਾਂਗੇ ਕਿ ਉਸਨੂੰ ਵੀ ਸਜ਼ਾ ਹੋਣੀ ਚਾਹੀਦੀ ਹੈ। ਬਾਕੀ ਹੁਣ ਸਾਡੇ ਮਾਣਯੋਗ ਜੋ ਇਹਨਾਂ ਨੇ ਤੁਹਾਨੂੰ ਵਿਸਥਾਰ ਨਾਲ ਸਭ ਦੱਸਤਾ, ਜੋੜਾਂ ਜੀ ਇਹ ਸਾਡੇ ਨਾਲ ਸ਼ੁਰੂ ਤੋਂ ਹੀ ਖੜ੍ਹੇ ਨੇ, ਅਤੇ ਬੱਚੀ ਦੀ ਜੋ ਹੁਣ ਸ਼ਾਦੀ ਜਾਂ ਸਰ ਕੋਈ ਤਾਂ ਤੁਹਾਨੂੰ ਉਹਨੇ ਵਿਸਥਾਰ ਨਾਲ ਸਾਰੇ ਵੇਰਵਾ ਦੱਸ ਦਿੱਤਾ। ਸਾਡਾ ਤਾਂ ਮਨ ਭਰਿਆ ਪਿਆ ਜੀ, ਅਸੀਂ ਕੁਛ ਐਡਾ ਦੱਸ ਨਹੀਂ ਸਕਦੇ, ਅਤੇ ਸਾਡੀ ਤਾਂ ਇਹਨਾਂ ਨੇ ਸ਼ੁਰੂ ਤੋਂ ਬਾਂਹ ਫੜੀ ਆ ਅਤੇ ਹੁਣ ਵੀ ਸਾਡੇ ਨਾਲ ਖੜ੍ਹੇ ਨੇ। ਜਿਹੜੇ ਸਿਆਸੀ ਲੀਡਰਾਂ ਨੇ ਆ ਕੇ ਤੁਹਾਡੇ ਨਾਲ ਵਾਅਦੇ ਕੀਤੇ ਸੀਗੇ ਵੀ ਅਸੀਂ ਜਦੋਂ ਡੈਥ ਹੋਈ ਆ ਬੱਚਿਆਂ ਦੀ, ਉਦੋਂ ਸਿਆਸੀ ਲੀਡਰਾਂ ਨੇ, ਆਮ ਆਦਮੀ ਪਾਰਟੀ, ਹੋਰ ਵੀ ਜੋ ਸਿਆਸੀ ਪਾਰਟੀਆਂ ਨੇ ਵਾਅਦੇ ਕੀਤੇ ਸੀ, ਉਹ ਸਾਰੇ ਵਾਅਦੇ 'ਤੇ ਖਰੇ ਉਤਰੇ ਜੀ? ਦੇਖੋ ਜੀ, ਇੱਕ ਸਿਰਫ ਅਕਾਲੀ ਦਲ ਨੂੰ ਛੱਡ ਕੇ ਸਾਰੀਆਂ ਪਾਰਟੀਆਂ ਨੇ, ਪ੍ਰਤਾਪ ਸਿੰਘ ਬਾਜਵਾ ਪ੍ਰਧਾਨ ਸੀ ਕਾਂਗਰਸ ਦੇ, ਸੰਗਰਾਲੇ ਉਹ ਵੀ ਆ, ਜਦੋਂ ਭਗਵੰਤ ਮਾਨ ਜੀ ਵੀ ਆਏ, ਸਾਰੇ ਹਰੇਕ ਜਿਹੜੇ ਆਪਣੇ ਮਨਪ੍ਰੀਤ ਸਿੰਘ ਬਾਦਲ ਇਹਨਾਂ ਦੀ ਆਪਣੀ ਪਾਰਟੀ ਸੀ ਉਸ ਟਾਈਮ PVP, ਉਹ ਵੀ ਖੁਦ ਇੱਥੇ ਘਰ ਸਾਡੇ ਪਹੁੰਚੇ, ਜਗਜੀਤ ਬਰਾੜ ਤੱਕ ਸਭ ਸਿਆਸੀ ਲੀਡਰ ਪਹੁੰਚੇ। ਇਹਨਾਂ ਤੋਂ ਕੁਛ ਹੋਇਆ, ਉਹਨਾਂ ਨੇ ਸਾਡੀ ਕੁਛ ਮਦਦ ਕੀਤੀ ਵੀ ਆ, ਜਾਣੀ ਉਹ ਤੋਂ ਬਾਅਦ ਸਲਕ ਦੇ ਵਿੱਚ ਸਭ ਨੇ ਮੂੰਹ ਮੋੜ ਲਿਆ ਜੀ, ਸਾਡੀ ਕਿਸੇ ਨੇ ਬਾਂਹ ਨਹੀਂ ਫੜੀ, ਅਤੇ ਸਾਡੇ ਨਾਲ ਸਰਫੇਮ ਸਿੰਘ ਯੋਧਾ ਨੇ ਇਹ ਸਾਡੇ ਨਾਲ ਹੁਣ ਤੱਕ ਖੜ੍ਹੇ ਨੇ, ਅਤੇ ਬਾਕੀ ਅਸੀਂ ਜੇ ਕਹੀਏ ਤਾਂ ਸਾਡੀ ਸਭ ਤੋਂ ਜ਼ਿਆਦਾ ਮਦਦ ਰੱਬ ਵੱਲੋਂ ਕਹਿ ਦਈਏ, ਇੱਕ ਦੇਵਤਾ ਬਣ ਕੇ ਸਾਨੂੰ ਰਾਜਵਿੰਦਰ ਸਿੰਘ ਬੈਂਸ ਹਾਈ ਕੋਰਟ ਦੇ ਵਕੀਲ, ਉਹਨਾਂ ਨੇ ਸਾਡੀ ਪੂਰੀ ਬਾਂਹ ਫੜ ਕੇ ਰੱਖੀ, ਬੱਚੀ ਦੀ ਸ਼ਾਦੀ ਵੀ ਉਹਨਾਂ ਨੇ ਕੀਤੀ, ਅਤੇ ਮੇਰੇ ਗਰੀਬ ਕੋਲ ਕੁਛ ਨਹੀਂ ਸੀ, ਅਤੇ ਇਹਨਾਂ ਨੇ ਵੱਲੋਂ ਮੇਰੀ ਮਦਦ, ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ, ਕਿਉਂਕਿ ਉਹਨਾਂ ਦੇ ਸਾਰੇ ਜਾਏ ਸਰਦਾਰ ਤੁਸੀਂ ਜੋ ਉਹਨਾਂ ਦੀ ਟੀਮ ਬੈਠੀ ਹੈ, ਇਹਨਾਂ ਦੇ ਸਾਰੇ ਨਾਲ ਅਸੀਂ ਆਪਣੀ ਦਿਨਗੱਟੀ ਕਰਦੇ ਹਾਂ। ਬਾਕੀ ਜੋ ਹੁਣ ਸਮਾਜ ਦੀ ਜੋ ਬਣਤਰ, ਉਹ ਤਾਂ ਆਪਾਂ ਦੇਖ ਹੀ ਰਿਹਾ ਕਿ ਸਮਾਜ ਦੇ ਵਿੱਚ ਭੁਚਾਲ ਆਇਆ ਹੋਇਆ ਕਿਸਮ ਦਾ, ਅਤੇ ਅਸੀਂ ਤਾਂ ਚਾਹੁੰਦੇ ਹਾਂ ਇਸ ਤਰ੍ਹਾਂ ਵੀ ਜਿਵੇਂ ਸਰਦਾਰ ਸਿੰਘ ਯੋਧਾ ਨੇ ਬਿਆਨ ਕੀਤਾ ਵੀ ਉਸ ਤਰ੍ਹਾਂ ਵੀ ਕਿਸੇ ਨਾ ਕਿਸੇ ਨੂੰ ਸਾਡੀ ਬਾਂਹ ਜ਼ਰੂਰ ਫੜਨੀ ਚਾਹੀਦੀ ਹੈ, ਕਿਉਂਕਿ ਦਿਨਗੱਟੀ ਤਾਂ ਕਰਨੀ ਹੈ। ਜਿਵੇਂ ਸੰਸਾਰ ਦੇ ਵਿੱਚ ਆਮ ਇੱਕ ਕਹਾਵਤ ਹੈ ਕਿ ਭਾਈ ਟਾਈਮ ਦਾ ਕੱਢਣਾ, ਚਾਹੇ ਹੱਸ ਕੇ ਕੱਢ ਲਓ ਚਾਹੇ ਰੋ ਕੇ ਕੱਢ ਲਓ। ਹੁਣ ਅਗਰ ਅਸੀਂ ਦੁੱਖ ਨੂੰ ਦੁੱਖ ਤਾਂ ਅਸੀਂ ਭੁਲਾ ਨਹੀਂ ਸਕਦੇ, ਸਾਡੇ 'ਤੇ ਪਹਾੜ ਗਿਰਿਆ, ਫਿਰ ਵੀ ਅਸੀਂ ਕੋਸ਼ਿਸ਼ ਕਰ ਰਹੇ ਜੀਵਨ ਜੀਣੇ, ਕਿਉਂਕਿ ਸਾਡੇ ਇੱਕ ਜਿਵੇਂ ਬੱਚਿਆਂ ਵਿੱਚ ਵੀ ਸਾਡੇ ਇਹੀ ਚੀਜ਼ ਭਰੀ ਹੋਈ ਸੀ ਕਿ ਆਤਮ ਹੱਤਿਆ ਨੂੰ ਅਸੀਂ ਪਾਪ ਸਮਝਦੇ ਹਾਂ, ਜੇ ਦੋ ਰੱਬ ਨੇ ਸਵਾਸ ਦਿੱਤੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਆਪਣੇ ਵਰਤਿਆ ਜਾਵੇ। ਮੇਰੇ ਬੱਚੇ ਵੀ ਇੱਕ ਸੋਸ਼ਲ ਵਰਕਰ ਚੰਗੇ ਸੀ, ਉਹਨਾਂ ਨੇ ਇੱਕ ਬਹੁਤ ਤਰੀਕੇ ਦੇ ਨਾਲ ਆਪਣੇ ਨਾਲ ਬਹੁਤ ਬੱਚੇ ਜੋੜਦੇ ਸੀ, ਕਿਉਂਕਿ ਉਹ ਖਿਡਾਰੀ ਸਨ, ਉਹ ਆਪਣਾ ਖੂਨ ਦੇ ਕੇ ਨਸ਼ਿਆਂ ਤੋਂ ਬੱਚਿਆਂ ਨੂੰ ਹਟਾਉਂਦੇ ਸੀ ਅਤੇ ਉਹਨਾਂ ਨੂੰ ਚੰਗੇ ਪਾਸੇ ਲਿਆਉਂਦੇ ਸੀ, ਇੱਕ ਧਾਰਮਿਕ ਆਗੂ ਤੌਰ 'ਤੇ ਵੀ ਉਹਨਾਂ ਦੇ ਜਜ਼ਬੇ ਸਨ, ਅਤੇ ਇਹ ਸਾਡਾ ਪਰਿਵਾਰ ਦਾ ਜਜ਼ਬਾ ਸੀ। ਅਤੇ ਸਾਡਾ ਮਤਲਬ ਮੌਕੇ 'ਤੇ ਆ ਕੇ ਜੋ ਇਹਨਾਂ ਨੇ ਸਿਆਸੀ ਜੋ ਅਸੀਂ, ਮੈਂ ਕਹਾਂ ਸਿਆਸਤ ਨੂੰ ਅਗਲੀ ਚੀਜ਼ ਕਹੂੰਗਾ, ਹੁਣ ਕੋਈ ਸਾਡੀ ਰਾਜਨੀਤੀ ਗੰਦੀ ਹੋ ਚੁੱਕੀ ਹੈ, ਚੰਗੇ ਬੰਦੇ ਨੂੰ ਅੱਗੇ ਨਹੀਂ ਆਉਣ ਦਿੰਦੇ, ਮਾੜੇ ਲੋਕ ਸਾਡੇ ਸਮਾਜ ਨੂੰ ਸਾਰੀ ਨਜ਼ਾਰਾ ਚੁੱਕਾ ਆ। ਤੋ ਇੰਨੀ ਮੈਂ ਗੱਲ ਕਹਿੰਦਾ ਜੀ, ਖਿਮਾ ਮੰਗਦਾ, ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਰਿੰਦਰ ਲਾਲੀ ਅਤੇ ਜਤਿੰਦਰ ਗੋਲਡੀ ਜੋ ਦੋਨੇ ਸਕੇ ਭਰਾ ਸੀ, ਜਿਹਨਾਂ ਨੂੰ 27 ਸਤੰਬਰ 2014 ਨੂੰ ਜਮਾਲਕ ਕਲੋਨੀ ਦੇ ਵਿੱਚ ਦਰਿੰਦਿਆਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ, ਅਤੇ ਉਸ ਤੋਂ ਬਾਅਦ ਪੁਲਿਸ ਦਾ ਪ੍ਰਤੀਕਰਮ ਸੀ ਵੀ ਇਹ ਪੁਲਿਸ ਮੁਕਾਬਲਾ ਹੋ ਗਿਆ, ਇਹਨਾਂ ਨੂੰ ਗੈਂਗਸਟਰ ਸ਼ੋਅ ਕਰਨ ਦੀ ਕੋਸ਼ਿਸ਼ ਕੀਤੀ ਸੀ, ਬੜੀ ਛੇਤੀ ਹੀ ਲੋਕਾਂ ਦੇ ਦਬਾਅ ਨਾਲ ਇਹ ਕਤਲ ਵਾਲੇ ਪਾਸੇ ਨੂੰ ਗੱਲ ਚੱਲ ਪਈ, ਅਤੇ ਜਨਤਾ ਦੇ ਦਬਾਅ ਦੇ ਨਾਲ ਇਹ ਕਤਲ ਦਾ ਪਰਚਾ ਦਰਜ ਹੋਇਆ, ਜਿਹਦੇ 'ਚ 6 ਦੋਸ਼ੀ ਨੇ ਜਿਹੜੇ ਨਾਮਜ਼ਦ ਹੋਏ ਨੇ। ਅੱਜ ਉਹਨਾਂ 'ਚੋਂ 2 ਦੋਸ਼ੀ ਭਗੌੜੇ ਨੇ, 4 'ਚੋਂ 3 ਨੂੰ ਉਮਰ ਕੈਦ ਦੀ ਸਜ਼ਾ ਹੋਈ ਹੈ, ਇੱਕ ਜਿਹੜਾ ਛੁੱਟਿਆ ਉਹਦੀ ਵੀ ਅਸੀਂ ਚਾਰਾਜੋਈ ਕਰਾਂਗੇ ਵੀ ਉਹ ਵੀ ਛੁੱਟਣ ਦੇ ਲਾਇਕ ਨਹੀਂ, ਉਹਦੇ ਹੱਥ 'ਚ ਵੀ ਡੰਡਾ ਸੀ। ਅਸੀਂ ਜਿੱਥੇ ਇਸ ਜਿਹੜਾ ਵਰਡਿਕਟ ਵੈਲਕਮ ਕਰਦੇ ਹਾਂ ਅਦਾਲਤ ਦੇ ਨੂੰ, ਨਾਲ ਅਸੀਂ ਲਾਜ਼ਮੀ ਤੌਰ 'ਤੇ ਜਿਹੜੇ ਦੋਸ਼ੀ ਰਹਿ ਗਿਆ ਉਹਨੂੰ ਸਜ਼ਾ ਮਿਲੇ। ਜਿੱਥੋਂ ਤੱਕ ਇਹਨਾਂ ਦੇ ਕਤਲ ਦਾ ਸੰਬੰਧ ਹੈ, ਇਹ ਗਰੀਬ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਸੀ, ਰਮਦਾਸੀਆ ਪਰਿਵਾਰ ਨਾਲ ਸੰਬੰਧ ਰੱਖਦੇ ਸੀ, ਮੁੰਡੇ ਸੋਹਣੇ ਸੁਨੱਖੇ ਸੀ, ਪਲੇਅਰ ਸੀ, ਇੱਕ ਨੇ ਗ੍ਰੈਜੂਏਸ਼ਨ ਕਰ ਲਈ ਸੀ, ਲਾਅ ਕਰਨਾ ਸੀ, ਦੂਸਰਾ ਵੀ ਸੀ, ਇਹ ਏਨ ਨਹੀਂ ਸੀ ਮੰਨਦੇ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਨਾਂਹ ਲੈਂਦੇ ਸੀ। ਅਤੇ ਜਿਹੜੇ ਇਲਾਕੇ ਦੇ ਰਵਾਰ ਸੂਖ ਬੰਦੇ ਨੇ,
जिहड़े खांदे पींदे आ उह इहनां नूं चुभदे सी। इहनां ते उहनां ने झूठे परचे भी दर्ज कराए। मामला उदों वध गया जदों इहनां ने आम आदमी पार्टी दे नाल तुरे, ते उस समय बड़ी वड्डी गिणती च इहनां दी अगवाई च वोटां पईआं, ते उहनां नूं तकलीफ होई। अकाली पार्टी कांग्रेस हार गई। उस तों बाद इहनां ने मतलब उह होर पक्के इहनां दे दुश्मन बण गए, जिहदा इन्हें तो परचा दर्ज से लोग रह रहे थे जमालपुर कलोनी च, उत्थे जाके उन्होंने कतल कर दिता। देखो जिहड़ा उन्होंने उम्र कैद की असीं उहनूं जी ऐ कहने आ, जिहड़ा री कीता असीं उहदी अपील करांगे वी उहनूं सज़ा मिले। तो असीं तो होर भी जिहड़ा वड्डे दोषी आ वी उहनां नूं फांसी की सज़ा मिले, ताकि एक उदाहरण सैट हो जाए वी कल नूं कोई बख्तावर जिहड़ा गरीबां नूं आके एवें जिवें शिकार करीदा हुंदा जानवरां दा आके भुन ना दवे, ਇਹ ਕੋਈ ਇੱਕ ਐਗਜ਼ਾਮਪਲ ਸੈੱਟ ਹੋਵੇ। ਫਿਲਹਾਲ ਇਸ ਮਾਮਲੇ 'ਚ ਅਜੇ ਵੀ ਦੋ ਦੋਸ਼ੀ ਭਗੌੜੇ ਨੇ। ਪਰਿਵਾਰ ਦਾ ਕਹਿਣਾ ਹੈ ਕਿ ਬਾਕੀ ਦੋਸ਼ੀਆਂ ਨੂੰ ਵੀ ਸਜ਼ਾ ਮਿਲੇ। ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ 'ਚ ਬਾਕੀ ਦੋਸ਼ੀਆਂ 'ਤੇ ਕੀ ਕਾਰਵਾਈ ਕੀਤੀ ਜਾਂਦੀ ਹੈ। ਸਮਰਾਲਾ ਤੋਂ ਦੀਪਕ ਚਾਨਣਾ ਦੇ ਨਾਲ, ਲੁਧਿਆਣਾ ਤੋਂ ਕੁਲਬੀਰ ਸਿੰਘ ਰਾਹੀ ਦੀ ਰਿਪੋਰਟ, D5 ਚੈਨਲ ਪੰਜਾਬੀ। ਕੀ ਹੁੰਦੀ ਹੈ ਜਮ੍ਹਾਂਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ 'ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਨਾਇਬ ਤਹਿਸੀਲਦਾਰ .com D5 ਚੈਨਲ ਪੰਜਾਬੀ। ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।